ਜਵਾਨ ਧੀ ਨਾਲੋਂ ਘਰੇ ਬੈਠੇ ਛੜੇ ਪੁੱਤ ਦਾ ਦੁੱਖ ਵਾਲਾ ਵੱਡਾ ਹੁੰਦਾ। ਓਏ 45 ਕੁੱਕੜ ਸੀ ਮੇਰੇ ਕੋਲ, 8 ਰਹਿ ਗਏ, 37 ਖਵਾਤੇ ਤੇਰੇ ਵੇਖਣ ਵਾਲਿਆਂ ਨੂੰ। ਉੱਤੋਂ ਪਿੰਡ ਵਾਲੇ ਨੀ ਟਿੱਚਰਾ ਕਰਨ ਨੂੰ ਹਟਦੇ। ਸਤਿ ਸ੍ਰੀ ਅਕਾਲ ਤਾਈ, ਕੀ ਹਾਲ ਹੈ? ਰਹਿਣ ਦੇ ਵੀ ਤੂੰ ਹਾਲ ਚਾਲ ਪੁੱਛਣ ਨੂੰ, ਐਵੇਂ ਪਿੰਡ 'ਚ ਗੱਲ ਉੱਠ ਜੂ। ਉਹ ਤੂੰ ਉਮਰ ਦੇਖ ਲਾ ਆਪਣੀ ਤਾਈ, ਛੜੇ ਬੰਦੇ ਦਾ ਕੀ ਵਸਾ, ਭੁੱਖਾ ਕਿਹੜੀ ਬੇਹੀ ਵਿੱਚ ਦੇਖਦਾ। ਤੇ ਮੈਂ ਵਿਚੋਲੇ ਕਿੱਡੇ ਮਿਹਨਤ ਕਰੇ ਹੋਏ ਸੀ। ਇਹ ਹੈ ਕਾਕਾ, ਆਪਦਾ ਕੰਮ ਹੈ ਫੋਟੋਆਂ ਦਾ। ਜਲੰਧਰ ਮੇਰਾ ਦਾਦਾ ਕਹਿੰਦਾ ਹੁੰਦਾ ਸੀ, ਜਿਹੜੇ ਦਰਵਾਜ਼ੇ ਨੂੰ ਖੋਲਣ ਵਾਸਤੇ ਤੁਸੀਂ ਧੱਕੇ ਲੱਤਾਂ ਠੁੱਡੇ ਮਾਰਦੇ ਹੋ ਨਾ, ਹੋ ਸਕਦਾ ਹੈ ਉਹ ਦਰਵਾਜ਼ਾ ਖਿੱਚਣ ਤੇ ਖੁੱਲਣਾ ਹੋਵੇ। ਮੇਰੀ ਸਾਲੀ ਲਿਖੀ ਵੀ ਲਵ ਮੈਰਿਜ ਸੀ। ਕਈ ਲੋਕ ਵਿਆਹ ਨੂੰ ਫੰਦਾ ਸਮਝਦੇ ਆ, ਪਰ ਉਹ ਵਿਚਾਰਿਆਂ ਨੂੰ ਕੀ ਪਤਾ ਕਿ ਵਿਆਹ ਇੱਕ ਖੂਬਸੂਰਤ ਅਹਿਸਾਸ ਹੈ, ਦੋ ਰੂਹਾਂ ਦਾ ਮੇਲ। ਦੂਜੀ ਰੂਹ ਮਿਲੇ ਤਾਂ ਹੀ ਫਿਰ ਗੱਲ ਬਣਦੀ ਹੈ ਨਾ ਜੀ। ਹੁਣ ਕੱਲੀ ਰੂਹ ਆਪਸ ਚ ਮਤਲਬ ਕਿੰਨੇ ਲਪੇਟੇ ਪਾਲਵੇ ਜੀ। ਉਸਤਾਦ, ਤੈਨੂੰ ਕੋਈ ਸ਼ਾਂਤਰੇ ਦੀ ਗੋਲੀ ਨਹੀਂ ਫੜਾਉਂਦਾ, ਤੂੰ ਕਹਿ ਰਹੀ ਛਿਲਕ ਡੈਰੀ ਮਿਲਕ ਪਾਲ ਦੇ। ਇਹ ਰੱਬ ਨੇ ਮੇਰੇ ਕਰਮਾਂ ਨੂੰ ਛੱਡੀ ਆ, ਹੁਣ ਟੱਕਰਿਆ ਹਾਣ ਨੂੰ ਹਾਣੀ, ਇਹ ਛੜੀ ਤੇ ਮੈਂ ਛੜਾ। ਮੇਰਾ ਜੀ ਕਰਦਾ ਕਹਿੰਦਾ ਆਪਣਾ ਇੱਕੋ ਹੀ ਤੌਲੀਆ ਹੋਵੇ, ਇੱਕੋ ਹੀ ਆਪਣਾ ਬ੍ਰਸ਼ ਹੋਵੇ, ਮੈਂ ਸਬਜ਼ੀ ਕੱਟਾਂ ਤੇ ਤੂੰ ਰੋਟੀਆਂ ਬਣਾਵੇਂ। ਮੈਨੂੰ ਨਾ ਕੁਛ ਵੀ ਬਣਾਉਣਾ ਨਹੀਂ ਆਉਂਦਾ, ਰਾਤ ਨੂੰ ਮੈਂ ਸੈਲਡ ਖਾਣੀ। ਮੇਰੇ ਸਾਲੇ ਦਾ ਬੜਾ ਸਬਜ਼ ਬਾਗ ਦਿਖਾ ਕੇ ਗਿਆ ਸੀ, ਇਹ ਤਾਂ ਚੰਗਾ ਕੁੜੀ ਹੁੰਦਾ ਨੂੰ ਵਿਆਹ ਕੇ ਤਫਾ ਕਰਦਾ। ਤਕੜੀਆਂ ਭਰਜਾਈ, ਮੈਂ ਬਿਲਕੁਲ ਠੀਕ ਆ। ਚਾਹ ਬਣਾਵਾਂ ਕਿ ਦੁੱਧ ਪੀਓ? ਹਰ ਤੈਨੂੰ ਮੈਂ ਖਲਾਉਣਾ ਜਲੇਬੀਆਂ। ਗੁੱਡ ਨਾਈਟ। ਤੈਨੂੰ ਦਿਆਂ ਬੀਅਰ ਬਾਰ ਖੋਲ ਕੇ ਮੈਂ। ਜਾਨਵਰ ਵਿਆਹ ਕਰਾਉਂਦੇ ਦੇਖੇ ਆ, ਆ ਧਰਤੀ ਫੀਮੇਲ ਹੈ ਤੇ ਉਹ ਆਸਮਾਨ ਮੇਲ ਹੈ, ਰੱਬ ਨੇ ਕਿੱਡੀ ਦੂਰ ਦੂਰ ਚੱਕ ਕੇ ਮਾਰੇ। ਅੱਜ ਕੱਲ 35-40% ਲੋਕ ਜਪਾਨ ਦੇ ਵਿੱਚ ਵਿਆਹ ਨਿਕਲਾ ਰਹੇ। ਤੂੰ ਖੁਸ਼ ਹੋ, ਤੇਰਾ ਮੁੰਡਾ ਜਪਾਨੀਆਂ ਦੀ ਸੋਚ ਰੱਖਦਾ। ਅੱਖਾਂ ਵਿੱਚ ਲਿਖੀ ਆ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ, ਅੱਖਾਂ ਵਿੱਚ ਲਿਖੀ ਆ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ, ਉਹ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ। ਅੱਖਾਂ ਵਿੱਚ ਲਿਖੀ ਆ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ, ਉਹ ਜਿੰਨੇ